ਯੂਕੇ ਦੇ ਕੌਮੀ ਅੰਕੜਾ ਨਿਰਧਾਰਤ ਅਥਾਰਟੀ ਵੱਲੋਂ ਸਿੱਖ ਮੈਂਬਰ ਪਾਰਲੀਮੈਂਟ ਪ੍ਰੀਤ ਕੌਰ ਗਿੱਲ ਤੋਂ ਸਿੱਖ ਵਸੋਂ ਬਾਰੇ ਵੱਖਰੇ ਟਿਕ ਬਾਕਸ ਅਤੇ ਪ੍ਰਾਈਵੇਟ ਡਾਟਾ ਦੀ ਨਿੱਜਤਾ ਤੇ ਹੋਏ ਹਰਣ ਲਈ ਮਾਫ਼ੀ ਮੰਗੀ ਹੈ। ਪ੍ਰੀਤ ਕੌਰ ਗਿੱਲ ਵੱਲੋਂ ਅਸਲ ਵਿੱਚ ਇਸ ਬਾਰੇ ਆਪਣੇ ਇਤਰਾਜ਼ ਵੱਡੇ ਪੱਧਰ ਉੱਪਰ ਚੁੱਕੇ ਗਏ ਸਨ ਅਤੇ ਉਹਨਾਂ ਨੇ ਇਸ ਮੁਤਲਕ ਉੱਚ ਅਥਾਰਟੀ ਕੋਲ ਸ਼ਿਕਾਇਤ ਕੀਤੀ ਸੀ, ਜਿਸ ਦੇ ਜਵਾਬ ਵਿੱਚ ਅਥਾਰਟੀ ਵੱਲੋਂ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਹੈ ਅਤੇ ਅਥਾਰਟੀ ਨੇ ਮੈਂਬਰ ਪਾਰਲੀਮੈਂਟ ਪ੍ਰੀਤ ਕੌਰ ਗਿੱਲ ਕੋਲੋਂ ਇਸ ਮਾਮਲੇ ਵਿੱਚ ਜਵਾਬ ਦੇਣ ਵਿੱਚ ਕੀਤੀ ਦੇਰੀ ਬਾਰੇ ਵੀ ਮਾਫ਼ੀ ਮੰਗੀ ਹੈ। ਮੈਂਬਰ ਪਾਰਲੀਮੈਂਟ ਪ੍ਰੀਤ ਕੌਰ ਗਿੱਲ ਦਾ ਕਹਿਣਾ ਹੈ ਕਿ ਮੈਂ ਯੂਕੇ ਸਟੈਟਿਕਸ ਅਥਾਰਟੀ ਵੱਲੋਂ ਆਪਣੀ ਗਲਤੀ ਸਵੀਕਾਰ ਕਰਨ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਦੀ ਹਾਂ ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਆਪਣੀ ਗਲਤੀ ਨੂੰ ਸੁਧਾਰ ਰਹੇ ਹਨ। ਇੱਕ ਵੱਖਰੇ ਸਿੱਖ ਨਸਲੀ ਸਮੂਹ ਦੇ ਟਿਕ ਬਾਕਸ ਲਈ ਮੁਹਿੰਮ ਦੌਰਾਨ ਮੈਂ ਕਾਫ਼ੀ ਕੁਝ ਝੱਲਿਆ, ਬਰਦਾਸ਼ਤ ਕੀਤਾ। ONS ਅਤੇ ਸਰਕਾਰੀ ਮੰਤਰੀਆਂ ਵੱਲੋਂ ਅਪਣਾਈ ਪ੍ਰਕਿਰਿਆ ਕਿਸੇ ਵੀ ਪੱਖੋਂ ਦਰੁਸਤ ਅਤੇ ਨਿਰਪੱਖ ਨਹੀਂ ਸੀ। ਇਹ ਸ਼ਰਮਨਾਕ ਹੈ ਕਿ ਸਿੱਖ ਭਾਈਚਾਰੇ ਨੂੰ ਇਸ ਖਿਲਾਫ਼ ਸਰਕਾਰ ਨੂੰ ਹਾਈਕੋਰਟ ਵਿੱਚ ਚੁਣੌਤੀ ਦੇਣੀ ਪਈ। ਬੇਸ਼ੱਕ ਹੁਣ ONS ਵੱਲੋਂ ਆਪਣੀ ਗਲਤੀ ਸਵੀਕਾਰ ਲਈ ਗਈ ਹੈ ਤਾਂ ਇਹ ਕਦਮ ਸਵਾਗਤਯੋਗ ਹੈ। ਜੁਲਾਈ 2018 ਵਿੱਚ ਯੂਕੇ ਦੇ ਸਾਰੇ ਗੁਰਦੁਆਰਾ ਸਾਹਿਬਾਨ ਵੱਲੋਂ ਬ੍ਰਿਟਿਸ਼ ਦੇ ਆਲ ਪਾਰਟੀ ਪਾਰਲੀਮੈਂਟ ਗਰੁੱਪ ਆਫ ਬ੍ਰਿਟਿਸ਼ ਸਿੱਖ, ਜਿਸ ਦੀ ਅਗਵਾਈ ਪ੍ਰੀਤ ਕੌਰ ਗਿੱਲ ਕਰ ਰਹੇ ਸਨ, ਦਾ ਚੁਕਾ ਸਿੱਖ ਐਥਨਿਕਸ ਟਿਕ ਬਾਕਸ ਨੂੰ ਲੈ ਕੇ ਸੀ। ਸਾਂਸਦਾਂ ਨੇ ਇੱਕ ਸਰਬ ਪਾਰਟੀ ਦਲ ਵੱਲੋਂ ਨੈਸ਼ਨਲ ਸਟੈਟਿਕਸ ਨਾਲ 23 ਜੁਲਾਈ 2018 ਨੂੰ ਮੁਲਾਕਾਤ ਵੀ ਕੀਤੀ ਗਈ ਸੀ। ਅਸਲ ਵਿੱਚ ਅਪ੍ਰੈਲ 2019 ਵਿੱਚ ਪ੍ਰੀਤ ਕੌਰ ਗਿੱਲ ਵੱਲੋਂ ਵੱਖਰੇ ਸਿੱਖ ਨਸਲੀ ਸਮੂਹ ਬਾਰੇ ONS ਨਾਲ ਰਾਬਤਾ ਬਣਾਇਆ ਗਿਆ ਸੀ, ਜਿਸ ਬਾਰੇ ਹੁਣ ONS ਵੱਲੋਂ ਆਪਣਾ ਜਵਾਬ ਦਿੱਤਾ ਗਿਆ ਹੈ। ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ, ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ LORs SOP 'ਚ ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।